ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੱਦਾਖ ਦੇ ਦਰਾਸ ਵਿੱਚ ਆਯੋਜਿਤ ਕੀਤੇ ਗਏ ਮੁੱਖ ਸਮਾਰੋਹ ਵਿੱਚ ਸ਼ਿਰਕਤ ਕੀਤੀ ਅਤੇ ਜੰਗੀ ਯਾਦਗਾਰ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਹਨਾਂ ਨੇ ਕਾਰਗਿਲ ਦੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਵੀ ਕੀਤੀ ਅਤੇ ਹਟ ਆਫ ਰਿਮੈਂਬਰੈਂਸ ਅਜਾਇਬ ਘਰ ਦਾ ਦੌਰਾ ਵੀ ਕੀਤਾ। इस मौके अपने संबोधन में चोना कहा कि भारत अपने राष्ट्रीय हितों की रक्षा लाई किसी भी तरह का कोई भी समझौता नहीं करेगा नहीं हटेगी हम आज भी अपने राष्ट्रीय हितों की सुरक्षा के लिए पूरी तरह से प्रतिबद्ध हैं तामने चाहे कोई भी हो साथियों जनता को इस बात का पूरा भरोसा है कि भारत के प्रधानमंत्री मोदी जी के नेतृत्व में यह भारत सरकार अपने राष्ट्रीय हितों की सुरक्षा के लिए किसी भी प्रकार का समझौता ਕਿਸੇ ਵੀ ਸ਼ੁਰੂਤ ਨਹੀਂ ਕਰੇਗੀ। ਇਹ ਹੀ ਇੱਕ ਸ਼ਾਸਕਤੀ ਰਾਸ਼ਟਰ ਦੇ ਪਰ ਇਧਰ ਦਿੱਲੀ ਵਿੱਚ ਰਾਸ਼ਟਰੀ ਸ਼ਹੀਦ ਯਾਦਗਾਰ ਤੇ ਰੱਖਿਆ ਰਾਜमंत्री ਅਜੇ ਪਟਨੇ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਹਰ ਸਾਲ 26 ਜੁਲਾਈ ਨੂੰ ਇਹ ਦਿਵਸ 1999 ਵਿੱਚ ਹੋਈ ਕਾਰਗਿਲ ਦੀ ਜੰਗ ਦੌਰਾਨ ਸ਼ਹੀਦ ਹੋਏ ਭਾਰਤੀ ਸੈਨਿਕਾਂ ਦੀ ਬਹਾਦੂਰੀ ਨੂੰ ਯਾਦ ਕਰਨ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਮਨਾਇਆ ਜਾਂਦਾ ਹੈ। ਭਾਰਤੀ ਸੈਨਾ ਵੱਲੋਂ ਜੰਮੂ ਕਸ਼ਮੀਰ ਦੇ ਕਾਰਗਿਲ ਸੈਕਟਰ ਵਿੱਚ ਪਾਕਿਸਤਾਨ ਵਿਰੁੱਧ ਲੜਾਈ ਆਪਰੇਸ਼ਨ ਵਿਜੇ ਹੇਠ ਲੜੀ ਗਈ ਸੀ। ਭਾਰਤੀ ਸੈਨਿਕਾਂ ਨੇ 26 ਜੁਲਾਈ ਨੂੰ 3 ਮਹੀਨੇ ਦੀ ਲੰਬੀ ਹਥਿਆਰਬੰਦ ਲੜਾਈ ਤੋਂ ਬਾਅਦ ਪਾਕਿਸਤਾਨੀ ਰੇਂਜ ਰਾਤੇ ਜਿੱਤ ਹਾਸਲ ਕੀਤੀ ਸੀ। ਇਸ ਲੜਾਈ ਵਿੱਚ ਭਾਰਤ ਦੇ 559 ਸੈਨਿਕ ਸ਼ਹੀਦ ਹੋ ਗਏ ਸਨ। ਇਸ ਸਬੰਧ ਵਿੱਚ ਦੋ ਰੋਜ਼ਾ ਕਾਰਗਿਲ ਵਿਜੇ ਦਿਵਸ ਸਮਾਰੋਹ ਕਲ ਦਰਾਸ਼ ਜੋ ਸ਼ੁਰੂ ਹੋਇਆ ਸੀ ਜਿਸ ਵਿੱਚ ਜੰਗੀ ਨਾਇਕਾਂ ਅਤੇ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਨੇ ਬਹਾਦਰ ਜਵਾਨਾਂ ਨੂੰ ਯਾਦ ਕੀਤਾ ਇਸ ਸਮਾਰੋਹ ਵਿੱਚ ਉੱਤਰੀ ਕਮਾਂਡ ਦੇ ਕਮਾਂਡਰ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸ਼ਾਮ ਨੂੰ ਕਾਰਗਿਲ ਜੰਗੀ ਯਾਦਗਾਰ ਤੇ ਸੈਨਾਮੁਖੀ ਜਨਰਲ ਮਨੋਜ ਪਾਂਡੇ ਅਤੇ ਹੋਰ ਸੀਨੀਅਰ ਮੌਜੂਦਾ ਅਤੇ ਸਾਬਕਾ ਅਧਿਕਾਰੀਆਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਸ਼ਾਮ ਨੂੰ ਆਪਰੇਸ਼ਨ ਵਿਜੇ ਦੌਰਾਨ ਸੈਨਿਕਾਂ ਵੱਲੋਂ ਦਿੱਤੀ ਗਈ ਸਰਵੋੱਚ ਕੁਰਬਾਨੀ ਨੂੰ ਯਾਦ ਕਰਨ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਉਦੇਸ਼ ਨਾਲ ਵੀਰ ਭੂਮੀ ਵਿਖੇ 500 8 ਦੀਪਕ ਜਲਾਏ ਗਏ ਭਾਰਤੀ ਸੈਨਾ ਨੇ ਇਸ ਮੌਕੇ ਕਾਰਗਿਲ ਦਿਵਸ ਤੇ ਇੱਕ ਵਿਸ਼ੇਸ਼ ਵੀਡੀਓ ਵੀ ਜਾਰੀ ਕੀਤਾ